ਅੱਜ ਆਪਾਂ ਬਣਾ ਰਹੇ ਹਾਂ ਹਨੀ ਬੇਬੀ ਪੋਟੈਟੋ, ਜਿਹਦੇ ਵਾਸਤੇ ਆਪਾਂ ਨੂੰ ਕੀ ਚਾਹੀਦਾ ਹੈ। ਪੋਟੈਟੋ 350 ਗ੍ਰਾਮ, ਨਮਕ ਸਵਾਦ ਅਨੁਸਾਰ, ਕਾਲੀ ਮਿਰਚ ਸਵਾਦ ਅਨੁਸਾਰ, ਕੋਰਨਫਲੋਰ। ਸਾਰਿਆਂ ਨਾਲ ਪਹਿਲਾਂ ਕੀ ਕਰਨਾ, ਪੋਟੈਟੋ ਦਾ ਜਿਹੜੇ ਬੋਇਲ ਕਰਨੇ ਹੈ ਅਬਾਊਟ 80% ਕਰਨੇ ਹੈ। ਬਾਅਦ 'ਚ ਇਹਨਾਂ ਨੂੰ ਬਰੀਕ ਬਰੀਕ ਚੌਪ ਕਰਨਾ, ਇਹਦੇ ਨਮਕ ਕਾਲੀ ਮਿਰਚ ਪਾ ਕੇ ਅਤੇ ਨਾਲ ਕੋਰਨਫਲੋਰ ਲਗਾ ਕੇ ਇਹਦੀ ਛੋਟੀਆਂ ਛੋਟੀਆਂ ਬੋਲਸ ਆਪਾਂ ਬਣਾਈਆਂ, ਬੋਲਸ ਬਣਾ ਕੇ ਆਪਾਂ ਫਰਾਈ ਕਰ ਲਈ, ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਕੀ ਕੀਤਾ, ਇਹਦੇ ਵਾਸਤੇ ਚਾਹੀਦੀ ਹੈ ਸੋਸ। ਸੋਸ ਵਾਸਤੇ ਕੀ ਕੀਤਾ, ਦੋ ਆਪਾਂ ਛੋਟੇ ਛੋਟੇ ਟਮਾਟਰ ਲਏ, ਇੱਕ ਪਿਆਜ਼ ਲਿਆ, ਨਾਲ ਥੋੜ੍ਹੀ ਜਿਹੀ ਸ਼ਿਮਲਾ ਮਿਰਚ ਲਈ, ਸ਼ਿਮਲਾ ਮਿਰਚ ਬਿਲਕੁਲ ਥੋੜ੍ਹੀ ਲਈ। ਉਹਦੇ ਵਿੱਚ 2-3 ਲਾਲ ਮਿਰਚ ਸਾਬਤ ਅਤੇ ਨਾਲ ਲਸਣ ਦੀ ਪੇਸਟ 1 ਚਮਚ, ਨਮਕ ਸਵਾਦ ਅਨੁਸਾਰ, 1 ਚਮਚ ਸਿਰਕਾ, 1 ਚਮਚ ਸੋਇਆ ਸੋਸ ਪਾ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਬੋਇਲ ਕਰ ਲਿਆ। ਆਪਾਂ ਉੱਨੀ ਕੁ ਦੇਰ ਇਹਨੂੰ ਬੋਇਲ ਕਰਨਾ ਜਿੰਨੀ ਤੱਕ ਇਹ ਨਰਮ ਨਾ ਹੋ ਜਾਵੇ। ਦੇਖੋ ਜੀ ਬਿਲਕੁਲ ਨਰਮ ਹੋ ਗਿਆ। ਇਸ ਤੋਂ ਬਾਅਦ ਇਹਨੂੰ ਕੀ ਕੀਤਾ, ਆਪਾਂ ਮਿਕਸੀ ਕਰ ਲਿਆ। ਮਿਕਸੀ ਕਰਨ ਤੋਂ ਬਾਅਦ ਹੁਣ ਲਓ ਜੀ ਆਪਣੇ ਕੋਲ ਪੋਟੈਟੋ ਬੋਲਸ ਵੀ ਆਪਣੀਆਂ ਫਰਾਈ ਹੋ ਚੁੱਕੀਆਂ, ਸੌਸ ਵੀ ਆਪਣੀ ਤਿਆਰ ਹੈ। ਹੁਣ ਆਪਾਂ ਪੈਨ ਦੇ ਵਿੱਚ ਥੋੜ੍ਹਾ ਜਿਹਾ ਰਿਫਾਇੰਡ ਓਇਲ ਲਿਆ, ਰਿਫਾਇੰਡ ਓਇਲ ਪਾ ਕੇ ਇਹਦੇ ਵਿੱਚ ਆਪਾਂ ਕੀ ਕੀਤਾ, ਸੌਸ ਪਾਈ। ਸੌਸ ਥੋੜ੍ਹੀ ਦੇਰ ਇਹਨੂੰ ਆਪਾਂ ਭੁੰਨਾਂਗੇ। ਭੁੰਨਣ ਤੋਂ ਬਾਅਦ ਹਲਕਾ ਜਿਹਾ ਪਾਣੀ ਪਾਇਆ। ਪਾਣੀ ਪਾਉਣ ਤੋਂ ਬਾਅਦ ਇਹਦੇ ਵਿੱਚ ਥੋੜ੍ਹਾ ਜਿਹਾ ਆਪਾਂ ਪਕਾ ਰਹੇ ਹਾਂ ਸੌਸ ਨੂੰ। ਇਹਦੇ ਵਿੱਚ ਆਪਾਂ ਹਨੀ ਪਾਇਆ। ਹਨੀ ਤੁਸੀਂ ਆਪਣੇ ਸਵਾਦ ਮੁਤਾਬਕ ਪਾ ਸਕਦੇ ਹੋ। ਜੇ ਸਪੋਜ਼ ਕਰੋ ਤੁਹਾਨੂੰ ਮਿਰਚ ਘੱਟ ਚਾਹੀਦੀ, ਇਹਦੇ ਵਿੱਚ ਟਮਾਟੋ ਸੌਸ ਵਗੈਰਾ ਵੀ ਐਡ ਔਨ ਕਰ ਸਕਦੇ ਹੋ। ਇਹਦੇ ਵਿੱਚ ਉਸ ਤੋਂ ਬਾਅਦ ਹੁਣ ਆਪਾਂ ਫਰਾਈਡ ਪੋਟੈਟੋ ਬੋਲਸ ਪਾ ਰਹੇ ਹਾਂ। 3 ਸਾਵ ਕਰ ਰਹੇ ਹਾਂ ਆਪਾਂ ਨਾਲ ਫਰਾਈਡ ਨਿਊਡਲਸ ਦੇ ਨਾਲ, ਅਤੇ ਉੱਪਰ ਥੋੜ੍ਹੇ ਜਿਹੇ ਵਾਈਟ ਤਿਲ ਪਾ ਕੇ ਇੰਨੀ ਆਪਾਂ ਕਰ ਰਹੇ ਹਾਂ ਪ੍ਰੈਜੈਂਟੇਸ਼ਨ, ਠੀਕ ਹੈ। ਲਓ ਜੀ ਆਪਣਾ ਤਿਆਰ ਹੈ ਹਨੀ ਬੇਬੀ ਪੋਟੈਟੋ। ਇਸੇ ਤਰ੍ਹਾਂ ਦੋਸਤੋ ਆਪਾਂ ਕੀ ਕਰ ਸਕਦੇ ਹਾਂ, ਸਪੋਜ਼ ਕਰੋ ਆਪਣੇ ਕੋਲ ਪੋਟੈਟੋ ਨਹੀਂ ਹੈਗੇ, ਤਾਂ ਇਨ ਦੀ ਕੇਸ ਆਪਣੇ ਕੋਲ ਬੋਇਲਡ ਰਾਈਸ ਪਈ ਹੈ, ਤਾਂ ਆਪਾਂ ਪੋਟੈਟੋ ਨੂੰ ਸਾਈਡ 'ਤੇ ਕਰੋ, ਬੋਇਲਡ ਰਾਈਸ ਲੈ ਲਓ। ਸੇਮ ਇਸੇ ਤਰ੍ਹਾਂ ਆਪਾਂ ਕੀ ਕਰ ਸਕਦੇ ਹਾਂ, ਰਾਈਸ ਬੋਲਸ ਵਿਦ ਹਨੀ ਬਣਾ ਸਕਦੇ ਹਾਂ। ਇਹਦੇ ਵਿੱਚ ਆਪਾਂ ਇਕੱਲਾ ਕੋਰਨਫਲੋਰ ਪਾਇਆ ਦੋਸਤੋ, ਕੋਰਨਫਲੋਰ ਦੇ ਨਾਲ ਕ੍ਰਿਸਪੀ ਬਣ ਆਉਂਦਾ ਹੈ, ਤਾਂ ਕਰਕੇ ਇਹਦਾ ਨਾਂ ਆਪਾਂ ਕ੍ਰਿਸਪੀ ਹਨੀ ਬੇਬੀ ਪੋਟੈਟੋ ਰੱਖਿਆ ਹੈ। ਸਪੋਜ਼ ਕਰੋ ਹੁਣ ਆਪਣੇ ਕੋਲ ਪੋਟੈਟੋ ਵੀ ਹੈ ਨਹੀਂ, ਹੁਣ ਆਪਾਂ ਇਸ ਕੇਸ ਦੇ ਵਿੱਚ ਕੀ ਕਰ ਸਕਦੇ ਹਾਂ, ਆਪਣੇ ਕੋਲ ਬੰਗਾਲੀ ਅਰਬੀ ਹੈ ਜਾਂ ਅਰਬੀ ਹੈ, ਉਹਨੂੰ 80% ਤੱਕ ਬੋਇਲ ਕਰਕੇ ਸੇਮ ਫਾਰਮੂਲਾ ਅਪਲਾਈ ਕਰਕੇ ਆਪਾਂ ਵੈਜ ਫਿਸ਼ ਬੋਲਸ ਵਿਦ ਹਨੀ ਕਰ ਸਕਦੇ ਹਾਂ। ਕਿਉਂਕਿ ਇਹਦਾ ਟੈਕਸਚਰ ਕੀ ਹੈ, ਬਿਲਕੁਲ ਇੱਕ ਲੇਸਲਾ ਜਿਹਾ ਹੁੰਦਾ ਲਾਈਕ ਏ ਫਿਸ਼ ਤਰ੍ਹਾਂ, ਇਸੇ ਤਰ੍ਹਾਂ ਆਪਾਂ ਇਹਨੂੰ ਵੈਜ ਫਿਸ਼ ਕਰ ਸਕਦੇ ਹਾਂ। ਸਪੋਜ਼ ਕਰੋ ਹੁਣ ਆਪਣੇ ਕੋਲ ਘਰ ਗੈਸਟ ਵੀ ਆ ਜਾਂਦੇ, ਸਪੋਜ਼ ਕਰੋ ਤੁਹਾਡੇ ਕੋਲ ਆਲੂ ਗੋਭੀ ਦੀ ਸਬਜ਼ੀ ਵੀ ਪਈ ਹੈ, ਉਹਨੂੰ ਮੈਸ਼ ਕਰਕੇ ਉਹਦੀਆਂ ਬੋਲਸ ਬਣਾ ਸਕਦੇ ਹੋ। ਇਹਨੂੰ ਤੁਸੀਂ ਕਰ ਸਕਦੇ ਹੋ ਵੈਜੀਟੇਬਲ ਗਾਰਲਿਕ ਬੋਲ ਵਿਦ ਹਨੀ ਕਰ ਸਕਦੇ ਹੋ, ਠੀਕ ਹੈ। ਇਸ ਤੋਂ ਇਲਾਵਾ ਦੋਸਤੋ ਤੁਸੀਂ ਅਲੱਗ ਅਲੱਗ ਚੀਜ਼ਾਂ ਬਣਾ ਸਕਦੇ ਹੋ। ਜੇ ਤੁਹਾਡੇ ਕੋਲ ਸਵੀਟ ਕੋਰਨ ਪਈਆਂ ਤਾਂ ਥੋੜ੍ਹਾ ਜਿਹਾ ਗਲਦਰਾ ਕੀਤਾ, ਉਹਦੀਆਂ ਬੋਲਸ ਬਣਾ ਸਕਦੇ ਹੋ, ਯਾਨੀ ਕਿ ਕੋਰਨ ਬੋਲਸ ਵੀ ਬਣਾ ਸਕਦੇ ਹੋ। ਤੁਹਾਡੇ ਕੋਲ ਹਰੇ ਮਟਰ ਪਏ ਆ, ਪਾਲਕ ਪਈ ਆ, ਉਹਨੂੰ ਬੋਇਲ ਕੀਤਾ ਤੁਸੀਂ, ਉਹਨੂੰ ਚੌਪ ਕਰਕੇ ਕੀ ਕਰ ਸਕਦੇ ਹੋ, ਹਰਿਆਲੀ ਬੋਲ ਬਣਾ ਸਕਦੇ ਹੋ, ਉਹਦੇ ਵਿੱਚ ਹਰੀ ਮਿਰਚ ਦਾ ਫਲੇਵਰ ਦੇ ਸਕਦੇ ਹੋ। ਇੱਕ ਚਾਲੂ ਪਏ ਆ, ਉਹਨੂੰ ਵੀ ਯੂਜ਼ ਕਰ ਸਕਦੇ ਹੋ, ਪਨੀਰ ਨੂੰ ਯੂਜ਼ ਕਰ ਸਕਦੇ ਹੋ, ਤੋ ਨਿਊਟਰੀ ਨੂੰ ਕਰ ਸਕਦੇ ਹੋ, ਜਿਹੜੇ ਨੋਨ ਵੇਜ ਖਾਂਦੇ ਹੋ ਉਹਨੂੰ ਕਰ ਸਕਦੇ ਹੋ। ਚਿਕਨ ਨੂੰ ਬੋਇਲ ਕੀਤਾ, ਚਿਕਨ ਦੀਆਂ ਬੋਲ ਬਣਾ ਦਿੱਤੀਆਂ, ਫਿਸ਼ ਦੀਆਂ ਬੋਲ ਬਣਾ ਦਿੱਤੀਆਂ।